ਨਸ਼ਿਆਂ ਦੇ ਬੜੇ ਪੁੱਤ ਖਾਂਦੇ ਆ, ਇਤਨੇ ਰੰਗ ਗਿਆ ਮਾਵਾਂ ਮੇਰੇ ਨੂੰ ਮਿਲਕ ਦਿਓ ਜੇ। ਮੇਰਾ ਪੁੱਤ ਘਰੋਂ ਅੱਧੀ ਦਿਹਾੜੀ ਲਾ ਕੇ ਆ ਕੇ, ਪੁੱਤ ਵੀ ਉਹਦਾ ਨਾਲ ਆ, ਲਾ ਕੇ ਫਿਰ ਚੱਲ ਗਿਆ ਕਿਸੇ ਦੇ ਵਿਚਾਰਾ ਮਗਰ ਮਗਰ ਫਿਰ ਇਹ ਕੰਮ ਵਾਲਾ ਆਉਂਦਾ ਵਾ, ਮੰਮੀ ਅਸੀਂ ਨਾ ਅੱਧੀ ਦਿਹਾੜੀ ਲਾਇਆ ਹੈ, ਉਹਨੇ ਵਿਚਾਰੇ ਆਖਣਾ ਕਿ ਵੇਲਾ ਹੋ ਗਿਆ, ਉੱਥੇ ਦਿਹਾੜੀ ਕਰਨ ਚੱਲ ਗਏ ਆ। ਮੈਂ ਕਿਹਾ ਚੱਲ ਕੋਈ ਨਹੀਂ ਪੁੱਤ, ਅੱਗੇ ਵੀ ਤੂੰ 7 ਵਜਾ ਹੀ ਦਿੰਦਾ ਵਾ। ਕਿਸ ਤਰ੍ਹਾਂ ਮੌਤ ਹੋਈ ਮੰਮੀ? ਵੀਰ ਪਤਾ ਨਹੀਂ, ਮੈਂ ਘਰ ਹਾਂ, ਉੱਥੇ ਇਹਨੇ ਕੀ ਕੀਤਾ ਵਾ, ਸ਼ਰਾਬ ਸ਼ਰੂਬ ਅੱਗੇ ਪੀਂਦਾ ਸੀ, ਪਤਾ ਨਹੀਂ ਟੀਕਾ ਲਾ ਲਿਆ ਕੀ ਕਰ ਲਿਆ ਹੀ, ਉਹ ਨਲਕੇ ਕੋਲ ਉੱਥੇ ਪਿਆ, ਲਾਗੇ ਹੀ ਸਰਿੰਜ ਪਈ ਆ, ਉੱਥੋਂ ਲੋਟ ਪਟਾਣੀ ਚੁੱਕ ਕੇ ਅਸੀਂ ਸ਼ਹਿਰ ਲੈ ਗਏ। ਕੀ ਮੰਗ ਕਰਦੇ ਸਰਕਾਰਾਂ ਕੋਲੋਂ? ਹਾਏ ਮੰਗ ਮੈਂ ਕੀ ਕਰਨੀ ਪੁੱਤ, ਜੋ ਉਹਨਾਂ ਦੀ ਹੁਕਮ, ਉਹਨਾਂ ਨੂੰ ਜੋ ਵੀ ਉਹਨਾਂ ਦੀ ਦੀਦਾ ਹੀ ਆ, ਉਹਨਾਂ ਨੂੰ ਨਿੱਕੇ ਨਿੱਕੇ ਬੱਚੇ ਆ। ਨਸ਼ੇ 'ਤੇ ਕੋਈ ਕੰਟਰੋਲ ਨਹੀਂ ਆਈ? ਹਾਏ ਸ਼ਰਾਬ ਹੀ ਪੀਂਦਾ ਸੀ, ਨਸ਼ਾ 'ਤੇ ਅੱਜ ਹੀ ਕਰ ਲਿਆ, ਲੜ ਗਿਆ। ਭੈੜਾ 'ਚ ਨਹੀਂ, ਨਸ਼ਾ ਨਹੀਂ ਬੰਦ ਕੀਤਾ, ਨਸ਼ਾ ਬਹੁਤ ਭੈੜਾ 'ਚ ਵਗ ਵੇਖਦਾ ਜੇ ਮੁਲਕਾ ਲੁੱਟੀ ਗਈ ਵਾ, ਲੋਕਾਂ ਨੇ ਇਤਨਾ ਹੀ ਨਸ਼ਿਆਂ ਨੇ ਬੜੇ ਪੁੱਤ ਖਾਂਦੇ ਆ, ਇਤਨਾ ਹੀ ਰੰਗ ਗਿਆ ਮਾਵਾਂ ਮੇਰੇ ਨੂੰ ਮਿਲਕ ਦਿਓ ਜੇ। ਮੇਰਾ ਨਾਂ ਭਾਜੀ ਗੁਰਪ੍ਰੀਤ ਹੈ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਭੋਈਆਂ ਵੀ ਜੀ। ਆਹ ਜਿਹੜੇ ਨੌਜਵਾਨ ਦੀ ਮੌਤ ਹੋਈ, ਕੀ ਲੱਗਦਾ ਤੁਹਾਡਾ ਅਤੇ ਕਿਸ ਤਰ੍ਹਾਂ ਮੌਤ ਹੋਈ ਆ? ਮੇਰਾ ਵੱਡਾ ਵੀਰ ਸੀ ਭਾਜੀ, ਅਤੇ ਭੈਣਾਂ ਤੋਂ ਸਮਾਨ ਲੈ ਕੇ ਟੀਕਾ ਲਾਇਆ, ਟੀਕਾ ਲਾ ਕੇ ਉੱਤੇ ਪੂਰਾ ਹੋ ਗਿਆ, ਉੱਦਾਂ ਤਾਂ ਸਾਰੇ ਆਖੀ ਜਾਂਦੇ ਬੰਦ ਹੋ ਗਿਆ, ਬੰਦ ਹੋ ਗਿਆ, ਕਿੱਥੇ ਬੰਦ ਹੋ ਗਿਆ, ਸਾਡਾ ਤਾਂ ਮੰਜੇ 'ਤੇ ਪਾਤਾ ਇਸੇ ਨਸ਼ੇ ਨੇ। ਮੌਕੇ 'ਤੇ ਮੌਤ ਹੋ ਜਾਂਦੀ ਜੀ। ਸਰਕਾਰਾਂ ਤੇ ਦਾਵਾ ਕਰ ਰਹੀਆਂ ਵੀ ਨਸ਼ਾ ਬੰਦ ਹੋ ਗਿਆ, ਕਿੱਥੇ ਬੰਦ ਹੋ ਗਿਆ, ਜੇ ਬੰਦ ਹੋ ਗਿਆ ਆਉਂਦਾ ਤਾਂ ਤੀਜਾ ਚੌਥਾ ਮੁੰਡਾ ਚਲੇ ਗਿਆ ਵਾ, ਅਤੇ ਬੰਦ ਹੋ ਜਾਂਦਾ ਤੇ ਮਰਦੇ ਕਿਉਂ? ਅੱਜ ਫਿਰ ਮਰ ਗਿਆ ਇੱਕ। ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਅਪੀਲ ਕਰਦੇ ਹੋ? ਮੁੱਖ ਮੰਤਰੀ ਨੂੰ ਦੇਖੋ, ਕਹਿੰਦੇ ਆ ਵੀ ਭਾਅ ਜੀ ਸਾਡਾ ਤਾਂ ਹੁਣ ਜਿਹੜਾ ਜਾਣਾ ਸੀ ਚਲੇ ਗਿਆ, ਤਾਂ ਤੁਸੀਂ ਹੋਰਨਾਂ 'ਤੇ ਰੋਕ ਲਾ ਲਓ, ਹੋਰ ਹੀ ਕਿਸੇ ਮਾਂ ਦਾ ਪੁੱਤ ਵਾਜੇ, ਸਾਡੇ ਤਾਂ ਚਲੇ ਗਿਆ। ਉਮਰ ਸੀ ਵਿਆਹ ਸੀ? ਵਿਆਹ ਸੀ ਜੀ, 2 ਕੁੜੀਆਂ 2 ਮੁੰਡੇ ਆ ਜੀ। ਕਿੰਨੀ ਕੁ ਉਮਰ ਸੀ? ਉਮਰ 38 ਸਾਲ ਦੀ ਜੀ। ਬੜੇ ਸਾਲ ਹੋ ਗਏ ਵੀਰ ਮੁੱਕੇ ਨੂੰ, ਕੀ ਕਰੂਗੀ, ਧੱਕੇਗੀ ਸਰਕਾਰ ਇਹਨਾਂ ਨਸ਼ਿਆਂ ਨੂੰ ਬੰਦ ਕਰੇ, ਇਹਨਾਂ ਮਾਵਾਂ ਦੇ ਪੁੱਤ ਚਲੇ ਗਏ, ਉਹਨਾਂ ਮਾਵਾਂ ਨੂੰ ਵਾਪਸ ਕਿੱਥੋਂ ਲੈਣੇ ਆ? ਰਾਤ ਦਿਨ ਖਾਂਦੇ ਪੀਂਦੇ ਗਏ, ਇਹਨਾਂ ਨਸ਼ਿਆਂ ਨੇ ਖਾ ਲਏ ਸਾਡੇ ਬੜੇ ਜੀ, ਅੱਗੇ ਵੀ ਮੁੱਕੇ 2 ਦਿਨ ਪੁੱਤ, ਬਣੇਵਾ ਮੁੱਕਾ ਅੱਗੇ ਵੀ ਦੇਰ ਦਾ ਪੁੱਤ, ਨਸ਼ੇ ਨਾ ਮੁੱਕਾ ਵਾ, ਨਸ਼ੇ ਬੰਦ ਕਰੇ, ਇਹਨਾਂ ਗਰੀਬਾਂ ਨੂੰ ਹੋਰ ਬੱਚੇ ਕੁੜੀਆਂ ਵਾ ਇੱਕੋ ਜਿਹੜੀਆਂ, 2 ਮੁੰਡੇ ਕੀ ਕਰਨਗੇ, ਕਮਾਉਣ ਵਾਲਾ ਨਹੀਂ ਰਿਹਾ ਨਾ ਦਾਦਾ। ਹਰਜੀਤ ਸਿੰਘ ਭਾਜੀ। ਕਿਹੜਾ ਪਿੰਡ? ਭੋਈਆਂ ਪਿੰਡ ਭਾਜੀ। ਪਤਾ ਨਹੀਂ ਤੇਰੇ ਡੈਡੀ ਦੀ ਮੌਤ ਹੋਈ ਆ, ਕਿਸ ਤਰ੍ਹਾਂ ਹੋਈ ਆ? ਇਹ ਭਾਜੀ ਮੈਨੂੰ ਗੋਲਗੱਪੇ ਲਿਆਉਣ ਘਲਾ ਤਾ ਅੱਡੇ 'ਚੋਂ, ਕਹਿੰਦੇ ਗੋਲਗੱਪੇ ਲਿਆ ਅਤੇ ਆਉਂਦਿਆਂ ਨੂੰ ਇੱਦਾਂ ਕੋਈ ਪਤਾ ਨਹੀਂ ਫੜਾ ਗਿਆ ਨਸ਼ਾ, ਅਤੇ ਲਾ ਕੇ ਟੀਕਾ, ਅਤੇ ਇੱਦਾਂ ਮੇਰੇ ਡੈਡੀ ਦੀ ਮੌਤ ਹੋ ਗਈ ਜੀ ਭਾਜੀ, ਲੜ ਗਿਆ ਟੀਕਾ। ਟੀਕਾ ਲਾਇਆ ਇਹਨਾਂ ਨੇ? ਹਾਂਜੀ। ਅਤੇ ਕੀ ਮੰਗ ਕਰਦੇ ਸਰਕਾਰ ਕੋਲੋਂ? ਹਣੀ ਤਾਂ ਭਾਜੀ ਇਹੋ ਮੰਗ ਕਰਦੇ ਹਾਂ ਵੀ ਮੇਰੇ ਵਰਗੇ ਮਤਲਬ ਵੀ ਬੱਚਿਆਂ ਦੇ ਮਾਂ ਪਿਓ ਜਿਹੜੇ ਮਰ ਜਾਂਦੇ ਇੱਦਾਂ, ਫਿਰ ਅਗਾਂਹ ਨਾ ਇੱਦਾਂ ਕਿਸੇ
ਧੀ ਪੁੱਤ ਦਿਆ ਹੋਵੇ। ਸਰਕਾਰ ਨੂੰ ਇਹੋ ਅਪੀਲ ਕਰਦੇ ਨਸ਼ਾ ਬੰਦ ਹੋਣਾ ਚਾਹੀਦਾ। ਹਾਂਜੀ।